ਉਹ ਤੁਜੀ ਹੁਣ ਫਿਰ ਜਾਣਗੇ ਜੇਰ ਕੇ ਬਾਤ ਜਾਣਗੇ ਦੇਖੋ ਕਾਨੂੰਨੀ ਬਦਲ ਹੈ ਉਹਨਾਂ ਦੇ ਕੋਲ ਆ ਲੇ ਜੀ ਸੈਸ਼ਨ ਨੇ ਉਹ ਰੱਦ ਕੀਤੀ ਹੈ ਜ਼ਮਾਨਤ ਅਰ ਜੀ ਤੋਂ ਹਾਈ ਕੋਰਟ ਜਾ ਸਕਦੇ ਆ ਹਾਈ ਕੋਰਟ ਕੁਝ ਵੀ ਕਰ ਕਰ ਸਕਦਾ ਹੈ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਵੀ ਹੈ ਪਰ ਇਸ ਦਰਮਿਆਨ ਜਿਹੜੀ ਇਹ ਚੀਜ਼ ਆ ਕਿ ਜਦੋਂ ਤੱਕ ਕੋਈ ਅਦਾਲਤੀ ਸਟੇ ਵਗੈਰਾ ਨਹੀਂ ਹੁੰਦਾ ਤਾਂ ਉਹ ਮੁਸ਼ਕਲ ਵੀ ਬਣੀ ਰਹਿੰਦੀ ਹੈ ਇਹ ਦੋਈ ਚੀਜ਼ਾਂ ਨਾਲੋਂ ਨਾਲ ਚੱਲਦੀਆਂ ਨੇ ਮਜੀਠੀਆਲਾ ਮਾਮਲਾ ਤੁਸੀਂ ਦੇਖਿਆ ਕਿੰਨੀ ਭੱਜ ਦੌੜ ਹੋਈ ਸੀ ਜੀ ਬਿਲਕੁਲ ਬਿਲਕੁਲ ਪਹਿਲਾਂ ਸਟੇ ਲੈਣੀ ਪੈ ਸਕਦੀ ਏ ਕਿ ਬਈ ਰੋਕ ਲੱਗ ਜੇ ਗ੍ਰਿਫਤਾਰੀ ਤੇ ਹਾਂ ਵੀ ਕਿਸੇ ਕਿਸਮ ਦੀ ਹਾਂ ਜੀ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਕਾਨੂੰਨੀ ਪੱਖ ਹੈ ਹੁਣ ਕਾਨੂੰਨੀ ਮਹਾਰੇ ਦੇ ਤੇ ਬਿੱਤਰ ਦੱਸ ਸਕਦੇ ਪਰ ਆਪਸ਼ਨ ਹੈਨ ਦੇਖੋ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਮਾਨਤ ਇਸ ਕਰਕੇ ਮਿਲ ਗਈ ਇੱਕ ਤਾਂ ਉਹਨਾਂ ਨੂੰ ਸਾਜ਼ਿਸ਼ ਦੇ ਵਿੱਚ ਕਹਿ ਲੋ ਕਿ ਜਦਾਂ ਇੱਕ ਤਾਂ ਮੇਨ ਸਾਜ਼ਿਸ਼ੀ ਹੁੰਦਾ ਇੱਕ ਹੁੰਦਾ ਸਹਾਇਕ ਉਹਨਾਂ ਨੂੰ ਰੱਖਿਆ ਦੂਜੇ ਨੰਬਰ ਤੇ ਗਿਆ ਪਹਿਲੇ ਨੰਬਰ ਤੇ ਸੁਮੇਤ ਸੈਣੀ ਸੁਖਵੀਰ ਸਿੰਘ ਬਾਦਲ ਜੀ ਦੂਜਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਜਿਸ ਉਮਰ ਦੇ ਪੜਾਤੇ ਨੇ ਉਹ ਜੇਲ੍ਹ ਚ ਜਾਂ ਜੇਲ੍ਹ ਤੋਂ ਬਾਹਰ ਕੀ ਫਰਕ ਪੈਂਦਾ ਹੈ ਉਹਨਾਂ ਦੀ ਉਮਰ ਨੂੰ ਦੇਖਦੇ ਆ ਅੱਗੇ ਵੀ ਜੇ ਤੁਸੀਂ ਦੇਖੋਗੇ ਦੋਰੇ ਸੰਵਿਧਾਨ ਵਾਲੇ ਕੇਸ ਦੇ ਵਿੱਚ ਵੀ ਇਨਾਂ ਨੂੰ ਇਸੇ ਤਰ੍ਹਾਂ ਹੀ ਰਾਹਤ ਮਿਲੀ ਸੀ ਹੁਣ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਦੇਖੋ ਉਮਰ ਦਰਾਜ਼ ਨੂੰ ਕਰਕੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਇਹ ਰਾਹਤ ਦੇ ਦਿੱਤੀ ਗਈ ਆ ਤੌਤੀ ਪਰ ਜੇ ਤੁਸੀਂ ਦੂਸਰੇ ਪਾਸੇ ਦੇਖੋਗੇ ਜਿਹੜਾ ਤਤਕਾਲੀ ਐਸਐਸਪੀ ਸੀਗਾ ਉਹਨੂੰ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ ਹੈ ਕੋਰਟ ਨੇ ਜੀ ਇਨਕਾਰ ਕਰ ਦਿੱਤਾ ਵਾ ਤਾਂ ਹੁਣ ਸੁਖਵੀਰ ਸਿੰਘ ਬਾਦਲ ਤੇ ਸੁਮੇத் ਸੈਣੀ ਕਿਉਂਕਿ ਸੁਮੇத் ਸੈਣੀ ਵੀ ਲੱਗ ਗਿਆ ਕਤਾਰ 'ਚ ਜੀ ਉਹਨੂੰ ਵੀ ਜ਼ਮਾਨਤ ਲੈਣੀ ਪਵੇਗੀ ਖਤਰਾ ਤੇ ਹੁਣ ਹੋ ਗਿਆ ਹੈ ਨਾ ਕਿ ਉਹ ਕਿ ਗੇਮ ਤਾਂ ਇੱਥੇ ਹੀ ਖੜੀ ਆ ਕਿ ਜੇ ਮੰਨ ਲਓ ਸੈਣੀ ਤੇ ਸੁਖਬੀਰ ਅੰਦਰ ਚਲੇ ਜਾਂਦੇ ਨੇ ਜੀ ਕੱਲ ਨੂੰ ਟ੍ਰਾਇਲ 'ਚੋਂ ਜਿਹੜਾ ਮਰਜ਼ੀ ਨਤੀਜਾ ਆ ਜਾਵੇ ਜੀ ਇਹ ਆਮ ਆਦਮੀ ਪਾਰਟੀ ਵਾਲੇ ਸੁਖਰੂ ਹੋ ਜਾਣਗੇ ਕਿ ਵੇਖੋ ਅਸੀਂ ਇਹ ਸਾਰਾ ਕੰਮ ਕਰ ਦਿੱਤਾ ਸੀ ਹੁਣ ਅਦਾਲਤ 'ਤੇ ਤਾਂ ਸਾਡਾ ਕੋਈ ਜ਼ੋਰ ਨਹੀਂ ਲੱਗੇਗਾ ਜੀ ਬਸ ਐਸੇ ਗੱਲ 'ਤੇ ਜ਼ੋਰ ਆ ਜੀ ਐਸੇ ਗੱਲ 'ਤੇ ਜ਼ੋਰ ਆ ਹੁਣ ਇਸ ਟਾਈਮ ਕਿ ਇੱਕ ਵਾਰੀ ਅਸੀਂ ਆਪਣਾ ਪੱਲਾ ਬਚਾ ਲਈਏ ਫਿਰ ਗਾਂ ਕੋਰਟ ਜਾਣੇ ਕੋਰਟ ਦਾ ਕੰਮ ਜਾਣੇ ਟ੍ਰਾਇਲ ਜਦੋਂ ਹੋਏਗਾ ਫਿਰ ਵੇਖੀ ਜਾਏਗੀ ਉਦੋਂ ਨੂੰ ਕੀ ਕੀ ਸਰਕਾਰ ਹੁੰਦੀ ਆ ਕੀ ਦਾ ਸਾਰਾ ਰਾਜ ਭਾਗ ਹੁੰਦਾ ਹੈ ਜੀ ਇਸ ਕਰਕੇ ਜ਼ੋਰ ਇਸੇ ਗੱਲ ਤੇ ਲੱਗਿਆ ਹੋਇਆ ਜੀ ਤਾਂ ਹੁਣ ਟ੍ਰਾਇਲ ਦੇ ਵਿੱਚ ਜਿਹੜੀਆਂ ਗੱਲਾਂ ਇਹਨਾਂ ਨੇ ਜਾ ਕੇ ਕਹਿਣੀਆਂ ਨੇ ਉਹ ਤੇ ਸ਼ਾਇਦ ਉਹੀ ਆ ਜੀ ਕਿ ਭਾਈ ਸਾਜ਼ਿਸ਼ ਕਰਤਾ ਸੁਖਬੀਰ ਸਿੰਘ ਬਾਦਲ ਕਿਵੇਂ ਹੋ ਗਿਆ ਐਸ ਡੀ ਐਮ ਦੇ ਬਿਆਨ ਰਿਕਾਰਡ ਉੱਤੇ ਆਏ ਨੇ ਰਿਕਾਰਡ ਤੇ ਜਿਹੜੇ ਬਿਆਨ ਆਏ ਆ ਉਹਨੇ ਕਿਹਾ ਕਿ ਮੈਂ ਆਰਡਰ ਕੀਤਾ ਉਹ ਤਾਂ ਹੁਣ ਗੱਲਾਂ ਕਹਾਣੀਆਂ ਉੱਥੇ ਦੱਸੀਆਂ ਜਾਣਗੀਆਂ ਜੀ ਪਰ ਰੋਲਾ ਤਾਂ ਸਭ ਤੋਂ ਪਹਿਲਾਂ ਜ਼ਮਾਨਤਦਾਰ ਦੇ ਅੰਦਰ ਜਾਣ ਤੋਂ ਬਚੀਏ ਜੀ ਤੇ ਇਹ ਹੁਣ ਸਾਰਾ ਕੁਝ ਹੈ ਜਿਹੜਾ ਕੋਰਟਾਂ ਦੇ ਹੱਥ ਵਸਿਆ ਕਿਨੂੰ ਬੇਲ ਦੇਣੀ ਹੈ ਕਿਨੂੰ ਜੇਲ੍ਹ ਦੇਣੀ ਹੈ کافی ਮਾਮਲਾ ਫਸ ਗਿਆ ਸਮਝੋ ਜੀ ਜੀ ਬਿਲਕੁਲ ਪਰ ਜੇ ਸੁਖਬੀਰ ਸਿੰਘ ਬਾਦਲ ਜ਼ਮਾਨਤ ਹਾਸਲ ਕਰ ਲੈਂਦਾ ਤੇ ਜੇ ਉਸ ਤੋਂ ਬਾਅਦ ਇਹ ਟ੍ਰਾਇਲ ਡਿੱਗ ਪੈਂਦਾ ਹੈ ਫਿਰ ਆਮ ਆਦਮੀ ਪਾਰਟੀ ਬਸੂਤੀ ਵਰ ਜਾਏਗੀ ਬਿਲਕੁਲ ਜ਼ਮਾਨਤ ਲੈਣ ਤੇ ਵੀ ਇਹਨਾਂ ਨੂੰ ਸਵਾਲ ਬਹੁਤ ਆਉਣਗੇ ਇਹ ਤੁਸੀਂ ਦੇਖ ਲਓ ਜੀ ਜੀ ਇਧਰ ਇੱਕ ਵੀਰ ਦਾ ਸਵਾਲ ਨਾਲ ਹੀ ਆ ਰਿਹਾ ਕਹਿੰਦੇ ਜੀ ਫਿਰ ਅਰੈਸਟ ਕਿਉਂ ਨਹੀਂ ਕੀਤਾ ਜੀ ਹਜੇ ਤੱਕ ਸੁਖਵੀਰ ਨੂੰ ਕਹਿੰਦੇ ਕਿ ਦੇਖੋ ਇੰਨੀ ਛੇਤੀ ਨੇ ਆ ਹੁਣ ਤਾਂ ਥੋੜੀ ਦੇਰ ਪਹਿਲਾਂ ਤਾਂ ਆਰਡਰ ਆਇਆ ਨੇ ਮੇਰੇ ਖਿਆਲ ਦੇ ਨਾਲ ਜੀ ਕੋਈ ਸਮਾਂ ਪਹਿਲਾਂ ਜੀ ਬਾਕੀ ਵੇਖੋ ਕੀ ਹੁੰਦਾ ਸਵੇਦ ਸੈਣੀ ਦੀ ਖੇਡ ਚ ਕੀ ਤੁਸੀਂ ਦੇਖਿਆ ਸੀ ਯਾਦ ਹੈ ਨਾ ਇਹ ਗਏ ਸਨ ਤੇ ਉਹਨਾਂ ਨੇ ਅੰਦਰ ਹੀ ਨਹੀਂ ਸੀ ਵੜਨ ਦਿੱਤਾ ਅੰਦਰ ਨਹੀਂ ਸੀ ਵੜਨ ਦਿੱਤਾ ਮੁੜ ਕੇ ਉਹਨਾਂ ਦੇ ਨਿਕਲ ਗਿਆ ਜੀ ਜਿਹੜੀ ਉਹਦੀ ਲੱਗੀ ਹੋਈ ਸੀ ਸਿਕਿਉਰਿਟੀ ਜਿਹੜੇ ਬਾਹਰਲੇ ਲੱਗੇ ਸਨ ਕੁਝ ਨਾਨੀ ਫੌਜੀਆਂ ਚ ਹੁੰਦੇ ਆ ਜਾਂ ਹੋਰ ਜਿਹੜੀਆਂ ਇਹਨਾਂ ਨੂੰ ਮਿਲੀਆਂ ਹੁੰਦੀਆਂ ਸਿਕਿਉਰਟੀਆਂ ਜੀ ਤੇ ਸੈਂਟਰ ਵੱਲੋਂ ਜਿਹੜੀ ਸਿਕਿਉਰਿਟੀ ਸੀ ਸ਼ਾਇਦ ਉਹਨਾਂ ਨੇ ਅੰਦਰ ਹੀ ਨਹੀਂ ਸੀ ਵੜਨ ਦਿੱਤਾ ਸੁਮਿਤ ਸੈਣੀ ਤੇ ਖਲੇ ਰਹੇ ਬਿਲਕੁਲ 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 ਤਾਂ ਗ੍ਰਿਫਤਾਰੀ ਇੱਕ ਅੱਡ ਚੈਲੰਜ ਹੁੰਦਾ ਜੀ ਬਿਲਕੁਲ ਜੀ ਇਮਰਾਨ ਖਾਨ ਵਾਲੀ ਗ੍ਰਿਫਤਾਰੀ ਵੇਖ ਲਓ ਜੀ ਤਿੰਨ ਦਿਨ ਮਾਨ ਸਾਹਿਬ ਮਤਲਬ ਕਿ ਐ ਕਹਿ ਲੋ ਕਿ ਜ਼ੋਰ ਲਾ ਲਿਆ ਜੋਰ ਲਾ ਲਿਆ ਸਰਕਾਰ ਨੇ ਗ੍ਰਿਫਤਾਰੀ ਨਹੀਂ ਹੋਈ Imran Khan ਦੀ ਲੋਕ ਖੜ ਗਏ ਆ ਕੇ ਬਿਲਕੁਲ ਬਿਲਕੁਲ ਤਾਂ ਗ੍ਰਿਫਤਾਰੀਆਂ ਦੀ ਜਿਹੜੀਆਂ ਏਡੀਆਂ ਵੱਡੀਆਂ ਗ੍ਰਿਫਤਾਰੀਆਂ ਹੁੰਦੀਆਂ ਇਹ ਕੋਈ 10 ਬੋਤਲਾਂ ਸ਼ਰਾਬ ਦਾ ਕੇਸ ਥੋੜੀ ਹੈਗਾ ਜੀ ਜਾਂ ਕੋਈ ਆਪਣੇ ਵਰਗਾ ਕੋਈ ਸਧਾਰਨ ਬੰਦਾ ਥੋੜੀ ਹੈਗਾ ਇਹਨਾਂ ਨੇ ਵੀ ਬਥੇਰਾ ਕੁਝ ਵੇਖਣਾ ਹੁੰਦਾ ਹੈਗਾ ਜੀ 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 ਪਰ ਗ੍ਰਿਫਤਾਰੀ ਦਾ ਇੱਕ ਡਰ ਜ਼ਰੂਰ ਰਹਿੰਦਾ ਕਿ ਕਿਸੇ ਵੇਲੇ ਕਰ ਸਕਦੀ ਹੈ ਪੁਲਿਸ ਜੀ ਸਰਕਾਰ ਚਾਵੇ ਤੋ ਇੱਛਾ ਸ਼ਕਤੀ ਤੇ ਡਿਪੈਂਡ ਕਰਦਾ ਜਾਂ ਪਰਸਤਿਤੀਆਂ ਤੇ ਡਿਪੈਂਡ ਕਰਦਾ ਜੀ ਜੀ Imran Khan ਨਹੀਂ ਗ੍ਰਿਫਤਾਰ ਹੋਇਆ ਹੁਣ ਬਿਲਕੁਲ ਜੀ ਜਗਮਨ ਸਿੱਧੂ ਕਹਿ ਰਿਹਾ ਕਿੰਨਾ ਟਾਈਮ ਪੀਰੀਅਡ ਹੁਣ ਅਰੈਸਟ ਕਰਨ ਦੀ ਹੁੰਦਾ ਜੀ ਕਹਿੰਦੇ ਕਿ ਇਹਦੇ ਵਿੱਚ ਮੇਰੇ ਖਿਆਲ ਨਾਲ ਕੋਈ ਸਾਫਤ ਨਹੀਂ ਕੋਈ ਤਾਂ ਕੋਈ ਟਾਈਮ ਥੋੜੀ ਆ ਪੱਕਾ ਕੋਈ ਨਹੀਂ ਜਦੋਂ ਮਰਜ਼ੀ ਮੰਨ ਨੂੰ ਜਿਹੜੇ ਬੰਦੇ ਨੂੰ ਕਿਤੋਂ ਰਾਹਤ ਨਹੀਂ ਮਿਲੀ ਕੋਈ ਸਟੇ ਨਹੀਂ ਹੈਗਾ ਤੁਹਾਨੂੰ ਪੁਲਿਸ ਗ੍ਰਿਫਤਾਰ ਕਰ ਸਕਦੀ ਹੈ ਜੀ ਜੀ ਬਿਲਕੁਲ ਜੀ ਪਰ ਹਾਲੇ ਇਹ ਵੀ ਹੈ ਨਾ ਕਿ ਅਦਾਲਤ ਤੇ ਇਨੀ ਛੇਤੀ ਗ੍ਰਿਫਤਾਰੀ ਵਾਰੰਟ ਜਾਰੀ ਨਹੀਂ ਕਰੇਗਾ ਕਿਉਂਕਿ ਅਦਾਲਤ ਨੇ 23 ਤਰੀਕ ਤੱਕ ਫਿਕਸ ਕੀਤੀ ਹੋਈ ਹੈ ਜੀ ਕਿ ਪੇਸ਼ ਹੋਵੋ ਤੁਸੀਂ ਸਮਝਦੇ ਹੋ ਨਾ ਜੀ ਕਿ ਅਦਾਲਤ ਨੇ 23 ਤਰੀਕ ਤੱਕ ਕਿਸੇ ਬੰਦੇ ਨੂੰ ਕਿਹਾ ਕਿ ਤੂੰ ਆ ਕੇ ਪੇਸ਼ ਹੋਣਾ ਹੈ ਜੀ ਤੇ ਉਦੋਂ ਤੱਕ ਜੇ ਉਹ ਨਹੀਂ ਹੁੰਦਾ ਫਿਰ ਗ੍ਰਿਫਤਾਰੀ ਵਾਰੰਟ ਬਣ ਜਾਏਗਾ ਜੀ ਹੁਣ ਹੋ ਸਕਦਾ ਹੈ ਕਿ ਜਦ ਨੂੰ ਆਪਾਂ ਪ੍ਰੋਗਰਾਮ ਫਿਨਿਸ਼ ਕਰੀਏ ਤਦ ਨੂੰ ਉਹ ਹਾਈ ਕੋਰਟ ਪਹੁੰਚ ਵੀ ਗਏ ਹੋਣ ਇਹ ਵੀ ਗੱਲ ਹੋ ਸਕਦਾ ਹੈ ਸੋ ਇਸ ਕਰਕੇ ਇਹ ਹੈ ਨਾ ਕਿ 23 ਤਰੀਕ ਤੱਕ ਤਾਂ ਹਾਲੇ ਕਹ ਲੋ ਕਿ ਥੋੜਾ ਹੈ ਫ੍ਰੀਹੈਂਡ ਦੇਣਗੇ ਦੇਣਗੇ ਜੀ ਜੀ ਬਿਲਕੁਲ ਬਿਲਕੁਲ ਜੀ ਉਦੋਂ ਤੱਕ ਉਹਨਾਂ ਕੋਲ ਜਿਹੜੇ অপਸ਼ਨ ਹੈ ਉਹ ਕਿਵੇਂ ਇਸਤੇਮਾਲ ਕਰਦੇ ਜੀ ਜੀ ਬਿਲਕੁਲ ਬਿਲਕੁਲ ਜੀ ਇਹ ਵੇਖਣ ਵਾਲੀ ਗੱਲ ਹੋਈ ਇਧਰੋਂ ਕਮੈਂਟ ਵੀ ਆ ਰਹੇ ਸੀ ਤੇ ਡੀਜੀ ਸਾਹਿਬ ਵੀ ਆ ਗਿਆ ਜੀ ਪੀਸੀ ਕਰ ਰਹੇ ਹੈਗੇ ਕਹਿੰਦੇ ਕਿ ਜੀ ਇੰਟਰਵਿਊ ਜਿਹੜਾ ਲਾਰੈਂਸ ਦਾ ਉਹ ਪੰਜਾਬ ਦਾ ਨਹੀਂ ਹੋਇਆ ਜੀ ਇਹ ਕੁਝ ਸਮਾਂ ਪੁਰਾਣਾ ਇੰਟਰਵਿਊ ਹੈ ਜੀ ਕਹਿੰਦੇ ਕਿ ਤੇ ਬਠਿੰਡਾ ਦੇ ਵਿੱਚ ਇਦਾਂ ਕਹਿੰਦੇ ਕਿ ਲੱਗਦਾ ਕਹਿੰਦੇ ਕਿ ਜਿਹੜੀ ਵੀਡੀਓ ਕੁਆਲਿਟੀ ਆ ਉਹ ਇਸ ਤਰ੍ਹਾਂ ਦੀ ਨਹੀਂ ਆ ਨਾ ਹੀ ਸਾਡੇ ਕੋਲ ਬਠਿੰਡੇ ਮੋਬਾਈਲ ਰਿਕਵਰ ਹੋਇਆ ਕਹਿੰਦੇ ਕਿ ਜੋ ਵੀ ਉਹਨਾਂ ਨੇ ਸਰਚ ਆਪਰੇਸ਼ਨ ਵਗੈਰਾ ਕੀਤਾ ਹੋਵੇਗਾ ਵੀਡੀਓ ਕੁਆਲਿਟੀ ਤੋਂ ਲੱਗਦਾ ਕਹਿੰਦੇ ਕਿ ਇਹ ਕਿਸੇ ਸਟੂਡੀਓ ਟਾਈਪ ਆ ਇਹ ਤਾਂ ਨਵਾਂ ਸਿਆਪਾ ਪਾਤਾ ਇਹਨਾਂ ਨੇ ਹੋਣਾ ਜੀ ਜੇ ਸਟੂਡੀਓ ਟਾਈਪ ਹੈ ਜੀ ਤਾਂ ਫਿਰ ਤਾਂ ਨਵਾਂ ਸਿਆਪਾ ਪਾ ਦਿੱਤਾ ਕਿ ਤੇ ਚੈਨਲ ਦੇ ਸਟੂਡੀਓ ਤੇ ਤਾਂ ਨਹੀਂ ਲੱਗੇ ਇਹ ਜੀ ਭਲਾ ਦਿੱਲੀ ਵਾਲੇ ਲੈ ਗਏ ਹੋਣ ਇਹ ਤਾਂ ਪਤ ਨਹੀਂ ਹੁਣ ਕੌਣ ਹੋ ਗਿਆ ਦਿੱਲੀ ਨੇ ਜਾਂ ਰਾਜਸਥਾਨ ਨੇ ਇਹ ਤਾਂ ਅਲੱਗ ਤੋਂ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇਹਨਾਂ ਨੇ ਪੂਰੇ ਤੰਤਰ ਨੂੰ ਹੀ ਸਵਾਲੀਆ ਘੇਰੇ 'ਚ ਖੜਾ ਕਰ ਦਿੱਤਾ ਜੀ ਕਿਸੇ ਨੂੰ ਬਾਹਰ ਛੱਡਿਆ ਹੀ ਨਹੀਂਗਾ ਕਿਸੇ ਨੂੰ ਛੱਡਿਆ ਹੀ ਨਹੀਂ ਉਹਦੇ 'ਚ ਰਾਜਸਥਾਨ ਵੀ ਦਿੱਲੀ ਵਾਲਾ ਸਪੈਸ਼ਲ ਸੈੱਲ ਵੀ ਏਜੰਸੀਆਂ ਵੀ ਸਾਰੀਆਂ ਵਿਲੇਟਤੀਆਂ ਜੀ ਕਿ ਭਾਈ ਇਹ ਤਾਂ ਸਟੂਡੀਓ ਰਿਕਾਰਡਿੰਗ ਹੈ ਜੇ ਇਹਨਾਂ ਨੇ ਇਦਾਂ ਕਿਹਾ ਕਿਉਂਕਿ ਮੈਂ ਕਮੈਂਟ ਦੇ ਆਧਾਰ ਤੇ ਕਹਿ ਰਿਹਾ ਮੈਂ ਵੀ ਜਿਹੜਾ ਹੁਣੇ ਦੇਖ ਰਿਹਾ ਸੀ ਉਸ ਤੋਂ ਬਾਅਦ ਮੈਂ ਕਿਹਾ ਚਲੋ ਫਲੈਸ਼ ਵੀਡੀਓ ਕਵਰ ਕਮੈਂਟ ਆਏ ਜਰਾ ਮਾ ਚਲੋ ਸਾਫ ਹੋ ਜਾਏ ਨੀ ਇਹ ਤਾਂ ਬੜੀ ਵੱਡੀ ਗੱਲ ਕਹੀ ਹੈ ਫਿਰ ਡੀਜੀਪੀ ਨੇ ਜੀ ਕਿਉਂਕਿ ਦੇਖੋ ਇਹਨਾਂ ਦੇ ਕੋਲ ਵੀ ਤਕਨੀਕੀ ਐਕਸਪਰਟ ਆ ਗਏ ਨੇ ਜੀ ਤੇ ਆਪਾਂ ਵੀ ਹੁਣ ਸਾਰੀਆਂ ਗੱਲਾਂ ਤੋਂ ਕਿਤੇ ਨਾ ਕਿਤੇ ਕਿਉਂਕਿ ਆਪਾਂ ਵਨ ਸਾਈਡਡ ਨਹੀਂ ਚੱਲਦੇ ਜਾਂ ਆਪਾਂ ਕੋਈ ਜੱਜਮੈਂਟ ਨਹੀਂ ਦਿੰਦੇ ਜੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਸੰਕੇਤ ਇਹੀ ਮਿਲ ਰਹੇ ਸਨ ਜੀ ਕਿ ਕੰਮ ਜਿਹੜਾ ਸਾਰਾ ਉਹ ਪੰਜਾਬ ਤੋਂ ਬਾਹਰੀ ਆ ਕਿਤੇ ਜੀ ਜਾਂ ਕਹ ਲੋ ਕਿ ਜੇਲ੍ਹ ਤੋਂ ਬਾਹਰੀ ਹੋ ਸਕਦਾ ਜੀ ਤੇ ਐਸਾ ਹੁਣ ਇਹ ਕਹਿ ਰਹੇ ਨੇ ਤਾਂ ਉਹਦੇ ਵਿੱਚ ਉਹਨਾਂ ਨੇ ਤਾਂ ਸਿਰਾਂ ਹੀ ਲਾ ਦਿੱਤਾ ਕਿ ਇਹਦਾ ਸਟੂਡੀਓ 'ਚ ਕਿਸੇ 'ਚ ਬਿਲਕੁਲ ਤੇ ਇਹ ਸਟੂਡੀਓ 'ਚ ਤਾਂ ਹੁਣ ਤੁਸੀਂ ਜਾਂਚ ਪੜਤਾਲ ਕਰ ਲੋ ਤੁਹਾਡੇ ਕੋਲ ਬੰਦਾ ਹਿਰਾਸਤ ਦੇ ਵਿੱਚ ਹੈ ਜੀ ਠੀਕ ਹੈ ਨਾ ਜੀ ਬਿਲਕੁਲ ਤੁਹਾਡੇ ਕੋਲ ਬੰਦਾ ਹਿਰਾਸਤ ਦੇ ਵਿੱਚ ਹੈ ਜੀ ਉਹਨੂੰ ਪੁੱਛ ਲਓ ਜਾ ਕੇ ਉਹ ਆਪਣੇ ਕਤਲ ਕੀਤੇ ਜਾਂ ਸਾਰਾ ਕੁਝ ਆਪਣੀ ਜੀਵਨੀ ਬਾਰੇ ਦੱਸਦਾ ਹੈ ਤੇ ਤੁਹਾਨੂੰ ਇਹ ਵੀ ਦੱਸ ਦੇਗਾ ਜੀ ਜਿਹੜਾ ਬੰਦਾ ਇਹ ਸਾਰਾ ਕੁਝ ਦੱਸ ਰਿਹਾ ਉਹ ਤੁਹਾਨੂੰ ਇਹ ਵੀ ਦੱਸ ਦੇਗਾ ਬੜਾ ਆਸਾਨੀ ਦੇ ਨਾਲ ਜੀ ਅੱਗੇ ਵੀ ਤਾਂ ਤੁਸੀਂ ਇਹੀ ਕਿਹਾ ਨਾ ਕਿ ਆ ਮੰਨ ਗਏ ਜੀ ਇਹਨਾਂ ਨੇ ਇੱਥੋਂ ਸਾਜ਼ਿਸ਼ ਰਚੀ ਇੱਥੋਂ ਸਾਜ਼ਿਸ਼ ਰਚੀ ਐ ਜਾਓ ਕੁਰਸੀ ਡਾਓ ਉਹਨੂੰ ਵੀ ਬਾਹੋ ਤੇ ਫੇਰਾ ਕੇ ਪੀਸੀ ਕਰੋ ਵੀ ਅਸੀਂ ਜਾ ਕੇ ਭੱਜ ਕੇ ਪੁੱਛਾਂ ਤੇ ਤੁਹਾਡੀ ਹਰਾਸਤ ਦੇ ਵਿੱਚ ਸੀ ਤੁਸੀਂ ਪੁੱਛ ਕੇ ਬਹਿ ਜਾਂਦੇ ਵੀ ਸਟੂਡੀਓ ਕਿਹੜਾ ਹੁਣ ਚੈਨਲ ਵਾਲਿਆਂ ਨੂੰ ਤਾਂ ਨਹੀਂ ਪੁੱਛ ਸਕਦੇ ਜਿਹੜਾ ਬੰਦਾ ਤੁਹਾਡਾ ਕੈਦੀ ਹੈ ਉਹਨੂੰ ਤਾਂ ਪੁੱਛ ਲਵੋ ਉਹ ਤਾਂ ਤੁਹਾਡੇ ਅਧਿਕਾਰ ਖੇਤਰ ਸੀ ਹੈ ਨਾ ਕਾਫੀ ਸਵਾਲ ਖੜੇ ਕਰ ਗਈ ਹੈ ਪੁਲਿਸ ਜੀ 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 ਬਿਲਕੁਲ ਬਿਲਕੁਲ ਜੀ ਇਧਰੋਂ ਵੀ ਆ ਗਿਆ ਕਮੈਂਟ ਜੀ ਕਹਿੰਦੇ ਹਾਂ ਜੀ ਕਹਿੰਦੇ ਕਿ ਇਹੀ ਕਹਿ ਰਿਹਾ ਜੀ ਕਹਿ ਕੇ ਡੀਜੀ ਸਾਹਿਬ ਜੀ ਕਹਿੰਨੇ ਕਿ ਇਹ ਤਾਂ ਕਾਫੀ ਸਵਾਲ ਖੜੇ ਕਰ ਰਹੇ ਹੋ ਆਪਣੇ ਆਪ ਤੇ ਵੀ ਸਵਾਲ ਖੜੇ ਕਰ ਰਹੇ ਆ ਮੈਂ ਤੁਹਾਨੂੰ ਦੱਸਿਆ ਨਾ ਪੰਜਾਬ ਪੁਲਿਸ ਹਮੇਸ਼ਾ ਬਹੁਤ ਕਾਲੀ ਕਰਦੀ ਹੈ ਜੀ ਜੀ ਕਾਲੀ ਸਰਕਾਰ ਕਰਵਾਉਂਦੀ ਹੈ ਇਹਨਾਂ ਤੋਂ ਜੀ ਪੁਲਿਸ ਇੰਨੀ ਕੰਮਲੀ ਨਹੀਂ ਹੁੰਦੀ ਪੁਲਿਸ ਨੂੰ ਪਤਾ ਹਾਂ ਜੀ ਵਰਕਆਊਟ ਕਰਨ ਦਾ ਮੌਕਾ ਨਹੀਂ ਦਿੰਦੇ ਇਹ ਜੇ ਕੋਈ ਉੱਥੇ ਚੰਗਾ ਪੱਤਰਕਾਰ ਕ੍ਰਾਸ ਕੁਐਸਚਨ ਕਰ ਲੇ ਫਿਰ ਕਿਵੇਂ ਬਾਈ ਉਹਨੂੰ ਬਿਲਕੁਲ ਉਹੀ ਹੈ ਨਾ ਕਿ ਭਾਈ ਤੁਹਾਡੇ ਕੋਲ ਬੰਦਾ ਤੁਹਾਡੀ ਹਰਾਸਤ ਦੇ ਵਿੱਚ ਹੈ ਤੁਸੀਂ ਐਫ ਆਈ ਆਰ ਦਰਜ ਕਰ ਸਕਦੇ ਹੋ ਉਸ ਮਾਮਲੇ 'ਚ ਕਿਉਂਕਿ ਤੁਹਾਡੀ ਜੇਲ੍ਹ ਦੇ ਵਿੱਚ ਹੈ ਇਸ ਟਾਈਮ ਤੁਸੀਂ ਐਫ ਆਈ ਆਰ ਅਲੱਗ ਤੋਂ ਦਰਜ ਕਰ ਸਕਦੇ ਹੋ ਜੀ ਜਾਂ ਉਹਨੂੰ ਜੇਲ੍ਹ ਦੇ ਵਿੱਚ ਜਾ ਕੇ ਵੀ ਪੁੱਛਿਆ ਜਾ ਸਕਦਾ ਹੈ ਜੀ ਜੇਲ੍ਹ ਦੇ ਅਧਿਕਾਰੀ ਪੁੱਛ ਸਕਦੇ ਆ ਜੀ ਤਾਂ ਤੁਸੀਂ ਉਹ ਕਰਨ ਦੀ ਥਾਂ ਤੇ ਆ ਕੇ ਇਹ ਕਹਿ ਰਹੇ ਹੋ ਸਿਆਪਾ ਹੀ ਨਵੇੜ ਰਹੇ ਹੋ ਕਿ ਤਾਂ ਸਟੂਡੀਓ 'ਚ ਕਿਸੇ ਜੀ ਤੇ ਬਹੁਤ ਵੱਡੀ ਗੱਲ ਐ ਸਟੂਡੀਓ ਵਾਲੀ ਫਿਰ ਤੋਂ ਜਿੰਨੇ ਥਿਉਰਿਸਟ ਥਿਉਰੀ ਦੇ ਰਹੇ ਆ ਨਾ ਕਿ ਇਹਦੇ ਵਾਸਤੇ ਆ ਵਾਰ ਵਾਸਤੇ ਆ ਰਾਸ਼ਟਰਵਾਦੀ ਚਿਹਰਾ ਬਣਾਉਣ ਵਾਸਤੇ ਆ ਜਾਂ ਆਪਣੇ ਕੰਮ ਕਢਾ ਕੇ ਮਕਾਉਣ ਵਾਸਤੇ ਆ ਜੀ ਫਲਾਂ ਟਮਕਾ ਉਹ ਤੁਸੀਂ ਥਿਉਰਿਸਟਾਂ ਦੀ ਥਿਉਰੀ ਨੂੰ ਬਲ ਦੇ ਰਹੇ ਹੋ ਬਿਲਕੁਲ ਬਲ ਦੇ ਰਹੇ ਹੋ ਤੁਸੀਂ ਤਾਂ ਸਹੀ ਕਰਤਾ ਤੁਸੀਂ ਬਸ ਕਮਾਲ ਹੋ ਗਈ ਐ ਕਮਾਲ ਐ ਜੀ ਜੀ ਜੀ